वाहे गुरु, वाहे गुरु, वाहे गुरु। श्लोक महला तीजा। जिन्नी नाम विसारिया, कूड़े कैण कहन, पंच चोर तिना कर मोहन, होमे अंदर सन। साकत मुठे दुर्मती, हर रस ना जानन, जिन्नी अमृत परम लुटाया, बिकस्यो रचै रचन। दुष्टा सेती पिरहड़ी, जन स्यो वाद करन, नानक साकत नरक में, जम बदे दुख सहन। पये किरत कमावदे, जीव राख तिवैर हन, जीव राख तिवैर हन। महला तीजा। जिन्नी सतगुर सेव्या, तान निताने तिस, सास गिरास सदा मन वसै, जम जो न सकै तिस। हिरदे हर हर नाम रस, कवला सेवक तिस, हर दासा का दास होए, परम पदार्थ तिस। नानक मन तन जिस प्रभ वसै, हौ सद कुरबान तिस। जिनको पूर्व लिखिया, रस संत जना स्यो तिस। जिनको पूर्व लिखिया, रस संत जना स्यो तिस। पौड़ी। जो बोले पूरा सतगुरु, सो परमेश्वर सुनिया, सोई वरते जगत में, कट कट मुख पणिया। बहुत बड़े आईया साहेब, न जाही गणिया, सच सहज आनंद सतगुरु, पास सच्ची गुरमणिया। सच सहज आनंद गो सतगुरु पास, सच्ची गुरमणिया। नानक संत सवारे पार ब्रह्म, सच्चे जो बनिया। नानक संत सवारे पार ब्रह्म, सच्चे जो बनिया। वाहिगुरु। गुरु दी परम प्यारी साध संग जीओ, आप जी ने यह श्लोक, श्लोक महला तीजा, तीजे पातशाह साहिब श्री गुरु अमरदास जी का उच्चारण किया होया, साहिब श्री गुरु ग्रंथ साहब महाराज जी दे 854 अंग दे उपर शोभायमान है, आप जी ने सरवण किया।
ਸੋ ਅੱਜ ਆਪਾਂ ਵਿਚਾਰ ਕਰਦੇ ਹਾਂ ਕਿ ਇਸ ਸਲੋਕ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਨਾਨਕ ਨੇ ਸਾਨੂੰ ਕੀ ਉਪਦੇਸ਼ ਕੀਤਾ ਹੈ। ਸਤਸੰਗ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਹੈ ਜਿੰਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੋਹਨ ਹੋਮੇ ਅੰਦਰ ਸੰਨ। ਸਤਸੰਗ ਜੀ, ਸਤਿਗੁਰੂ ਸਾਨੂੰ ਇਹ ਸਮਝਾਉਂਦੇ ਹੈ ਕਿ ਜਿਨ੍ਹਾਂ ਜੀਵ ਆਤਮਾ ਨੇ, ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਬੰਦਿਆਂ ਨੇ, ਜਿਨ੍ਹਾਂ ਪਸ਼ੂ ਪਕਸ਼ੀਆਂ ਨੇ, ਜੋ ਵੀ ਜੀਵ ਆਤਮਾ ਨੇ, ਪਰਮਾਤਮਾ ਦਾ ਨਾਮ ਆਪਣੇ ਮਨ ਤੋਂ ਵਿਸਾਰ ਦਿੱਤਾ ਹੈ। ਨਾਮ ਤਾਂ ਮਨ ਤੋਂ ਵਿਸਾਰ ਦਿੱਤਾ ਹੈ, ਪਰ ਗੱਲਾਂ ਕਰਦੇ ਹੈ ਧਰਮ ਦੀਆਂ, ਗੱਲਾਂ ਕਰਦੇ ਹੈ ਸਤਿਗੁਰੂ ਦੀਆਂ, ਗੱਲਾਂ ਕਰਦੇ ਹੈ ਸਤਸੰਗ ਦੀਆਂ, ਔਰ ਉੱਪਰੋਂ ਉੱਪਰੋਂ ਦਿਖਾਵੇ ਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਹੈ ਕਿ ਉਹ ਕੂੜੇ ਕਹਿਣ ਕਹਨ। ਉਹ ਲੋਕ ਕੂੜੇ ਹੀ ਕਹਿਣ ਜਿਹੜੇ ਆ ਕਹੀ ਜਾਂਦੇ ਆ, ਭਾਵ ਕੂੜੀਆਂ ਹੀ ਗੱਲਾਂ ਕਰੀ ਜਾਂਦੇ ਆ, ਔਰ ਗੁਰੂ ਸਾਹਿਬ ਨੇ ਕਿਹਾ ਗੱਲੀ ਯੋਗ ਨਾ ਹੋਈ। ਜਿੰਨਾ ਚਿਰ ਹਿਰਦੇ ਦੇ ਵਿੱਚ ਨਾਮ ਨਹੀਂ ਹੈ ਅਤੇ ਸਿਰਫ ਗੱਲਾਂ ਹੀ ਕਰੀਆਂ ਜਾ ਰਹੀਆਂ ਸਤਸੰਗ ਦੀਆਂ, ਗੱਲਾਂ ਹੀ ਕਰੀਆਂ ਜਾ ਰਹੀਆਂ ਧਰਮ ਦੀਆਂ, ਗੱਲਾਂ ਹੀ ਕਰੀਆਂ ਜਾ ਰਹੀਆਂ ਗੁਰੂ ਦੀਆਂ, ਆਚਰਨ ਦੇ ਵਿੱਚ ਵਿਰਾਜਮਾਨ ਨਹੀਂ ਹੈ, ਆਪਣੇ ਵਿਵਹਾਰ ਦੇ ਵਿੱਚ ਉਹਨਾਂ ਨੂੰ ਕਰਿਆਵੰਤ ਨਹੀਂ ਕੀਤਾ ਹੈ ਪਰਮਾਤਮਾ ਦੇ ਨਾਮ ਦੀਆਂ ਵਿਚਾਰਾਂ ਨੂੰ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਜੋ ਕੁਛ ਵੀ ਕਹਿੰਦੇ ਆ, ਜੋ ਕੁਛ ਵੀ ਬੋਲਦੇ ਆ, ਉਹ ਕੂੜੇ ਹੀ ਹੁੰਦੇ ਆ, ਬੋਲਣ ਵਾਲੇ ਵੀ ਕੂੜੇ ਹੁੰਦੇ ਆ, ਉਹਨਾਂ ਦੇ ਕਹਿਣ ਵਾਲੇ ਬੋਲ ਜਿਹੜੇ ਹੁੰਦੇ ਆ ਉਹ ਵੀ ਕੂੜੇ ਹੁੰਦੇ ਆ। ਹੁਣ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ, ਉਹਨਾਂ ਦੀ ਸਥਿਤੀ ਤਾਂ ਐਸੀ ਹੁੰਦੀ ਹੈ ਕਿ ਪੰਚ ਚੋਰ ਤਿਨਾ ਘਰ ਮੋਹਨ ਹੋਮੇ ਅੰਦਰ ਸੰਨ। ਪੰਚ ਚੋਰ ਨਾਮ ਉਹਨਾਂ ਦਾ ਵਿਸਰਿਆ ਹੁੰਦਾ, ਔਰ ਕਿਰਿਆਵੰਤ ਉਹਨਾਂ ਦੇ ਹਿਰਦੇ ਦੇ ਵਿੱਚ, ਉਹਨਾਂ ਦੇ ਜੀਵਨ ਦੇ ਵਿੱਚ ਪੰਜ ਚੋਰ ਜਿਹੜੇ ਹੈ ਉਹਨਾਂ ਦਾ ਘਰ ਠੱਗੀ ਜਾਂਦੇ ਆ, ਲੁੱਟੀ ਜਾਂਦੇ ਆ, ਖਾਈ ਜਾਂਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ, ਇਸ ਤੋਂ ਇਲਾਵਾ ਦੁਬਧਾ ਭਰਮਾ ਰੰਜਸ਼ ਧੱਕਾ ਜ਼ੋਰ ਬੇਈਮਾਨੀ, ਇਸ ਤਰ੍ਹਾਂ ਦੀਆਂ ਕੂੜੀਆਂ ਨੀਤੀਆਂ ਜਿਹੜੀਆਂ ਹੈ, ਔਰ ਪੰਜ ਚੋਰ ਜਿਹੜੇ ਆ ਮਿਲ ਕੇ ਉਸ ਮਨੁੱਖ ਦਾ, ਉਸ ਜੀਵ ਆਤਮਾ ਦਾ ਘਰ ਲੁੱਟੀ ਜਾਂਦੇ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਉਹਨਾਂ ਨੇ ਸਿਰਫ ਗੱਲਾਂ ਕਰਦੇ ਆ ਹੋਮੇ ਦੇ ਵਿੱਚ, ਔਰ ਹੋਮੇ ਦੇ ਵਿੱਚ ਲੈ ਕੇ ਇਹ ਸੰਨ ਲਾ ਰੱਖਿਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਸਦਾ ਘਰ ਲੁੱਟਣ ਵਾਸਤੇ। ਸੰਸਾਰ ਦੇ ਵਿੱਚ ਉਹ ਹੋਮੇ ਦੀਆਂ ਗੱਲਾਂ ਕਰਦਾ, ਦਿਖਾਵੇ ਦੀਆਂ ਗੱਲਾਂ ਕਰਦਾ ਹੈ, ਪਰ ਉਸਦਾ ਅੰਮ੍ਰਿਤ ਘਰ ਜਿਹੜਾ ਹੈ, ਘਰ ਦੇ ਵਿੱਚ ਜਿਹੜਾ ਅੰਮ੍ਰਿਤ ਹੈ, ਉਹ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਆ ਉਹ ਸੰਨ ਲਾ ਕੇ ਲੁੱਟੀ ਜਾਂਦੇ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿੰਨੀ ਅੰਮ੍ਰਿਤ ਪਰਮ ਲੁਟਾਇਆ ਬਿਕਸੋ ਰਚੈ ਰਚੰਨ। ਉਹ ਜੀਵ ਆਤਮਾ ਸਾਕਤ ਹੁੰਦੀਆਂ, ਸਾਕਤ ਉਹਨਾਂ ਨੂੰ ਕਹਿੰਦੇ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ, ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚੋਂ ਵਿਸਾਰ ਦਿੱਤਾ ਹੈ, ਔਰ ਉਹ ਪਰਮਾਤਮਾ ਨੂੰ ਮੰਨਦੇ ਨਹੀਂ ਹੈ। ਉਹ ਲੋਕਾਂ ਨੂੰ ਗੱਲਾਂ ਕਰਦੇ ਆ ਅਤੇ ਕਹਿੰਦੇ ਆ ਕਿੱਥੇ ਆ ਪਰਮਾਤਮਾ, ਦਿਖਾ ਪਰਮਾਤਮਾ। ਜੇ ਕੋਈ ਗੁਰਮੁਖ ਪਿਆਰਾ ਉਸ ਨੂੰ ਪਰਮਾਤਮਾ ਦੀ ਗੱਲ ਕਰਦਾ ਅਤੇ ਉਹ ਕਹਿੰਦੇ ਦਿਖਾ ਕਿੱਥੇ ਆ ਪਰਮਾਤਮਾ। ਇਹ ਸਾਕਤ ਪੁਰਸ਼ਾਂ ਦੀ ਅਵਸਥਾ ਹੈ। ਇਹ ਸਾਕਤ ਪੁਰਸ਼ ਦੁਰਮਤ ਦੇ ਵਿੱਚ ਹੀ ਵਿਚਾਰਾਂ ਕਰਦੇ ਰਹਿੰਦੇ ਆ, ਦੁਰਮਤ ਦੇ ਵਿੱਚ ਹੀ ਗੱਲਾਂ ਕਰਦੇ ਰਹਿੰਦੇ ਆ, ਪਰ ਇਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਜਿਹੜਾ ਹੈ ਉਹ ਨਹੀਂ ਪਤਾ ਹੁੰਦਾ, ਉਹ ਨਹੀਂ ਜਾਣਦੇ ਇਹ। ਗੁਰੂ ਸਾਹਿਬ ਕਹਿੰਦੇ ਆ ਜਿੰਨੀ ਅੰਮ੍ਰਿਤ ਭਰਮ ਲੁਟਾਇਆ ਬਿਕਸੋ ਰਚੈ ਰਚੰਨ। ਇਹ ਇਸੇ ਮੂਰਖ ਹੈ ਕਿ ਇਹਨਾਂ ਨੇ ਭਰਮ ਦੇ ਵਿੱਚ ਹੀ, ਭਰਮ ਕੀ ਹੈ, ਨਾਮ ਹਿਰਦੇ 'ਚ ਬਸ ਲਿਆ ਨਹੀਂ ਹੈ, ਗੁਰੂ ਤੋਂ ਨਾਮ ਨਹੀਂ ਲਿਆ। ਕਈ ਵਾਰੀ ਤਾਂ ਐਸੇ ਵੀ ਲੋਕ ਹੁੰਦੇ ਆ, ਨਾਮ ਹੀ ਨਹੀਂ ਲਿਆ ਗੁਰੂ ਤੋਂ ਹਾਲੇ, ਅਤੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਾਰਿਆ ਹੋਇਆ ਹੁੰਦਾ ਹੈ, ਔਰ ਗੁਰੂ ਸਾਹਿਬ ਦੀਆਂ ਗੱਲਾਂ ਕਰਦੇ ਹੈ, ਗੁਰੂ ਧਰਮ ਦੀਆਂ ਗੱਲਾਂ ਕਰਦੇ ਹੈ,
ਸੱਚ ਦੀਆਂ ਗੱਲਾਂ ਕਰਦੇ ਹੈ ਔਰ ਉਹ ਕਰਦੇ ਸਾਰੇ ਦੇ ਸਾਰੇ ਹਉਮੈ ਦੇ ਵਿੱਚ ਹੀ ਹੈ, ਵਿਖ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ, ਹਉਮੈ ਦੀ ਵਿਖ ਦੇ ਵਿੱਚ ਰਚੇ ਰਹਿੰਦੇ ਆ। ਔਰ ਇਸ ਤਰ੍ਹਾਂ ਦੇ ਨਾਲ ਇਹਨਾਂ ਦਾ ਅੰਮ੍ਰਿਤ ਜਿਹੜਾ ਹੈ, ਇਹਨਾਂ ਨੂੰ ਇਹ ਭੁਲੇਖਾ ਲੱਗਿਆ ਰਹਿੰਦਾ ਕਿ ਅਸੀਂ ਧਰਮ ਦੀਆਂ ਗੱਲਾਂ ਕਰਦੇ ਹਾਂ, ਅਸੀਂ ਧਰਮੀ ਹਾਂ, ਅਸੀਂ ਸੇਵਾਦਾਰ ਹਾਂ, ਹਉਮੈ ਹੰਕਾਰ ਦੀਆਂ ਗੱਲਾਂ ਕਰਦੇ ਆ, ਪਰ ਭਰਮ ਦੇ ਵਿੱਚ ਅਸਲ ਦੇ ਵਿੱਚ ਇਹ ਸੇਵਾਦਾਰ ਨਹੀਂ ਹੁੰਦੇ, ਅਸਲ ਦੇ ਵਿੱਚ ਇਹ ਸੇਵਕ ਨਹੀਂ ਹੁੰਦੇ, ਅਸਲ ਦੇ ਵਿੱਚ ਇਹ ਧਰਮ ਦੇ ਨਾਲ ਜੁੜੇ ਨਹੀਂ ਹੁੰਦੇ, ਪਰਮਾਤਮਾ ਦੇ ਨਾਮ ਤੋਂ ਵਿਸਾਰਾ ਕੀਤਾ ਹੁੰਦਾ। ਅਤੇ ਇਹਨਾਂ ਦਾ ਅੰਮ੍ਰਿਤ ਜਿਹੜਾ ਹੈ ਇਸ ਤਰ੍ਹਾਂ ਨਾਲ ਇਹ ਭਰਮ ਦੇ ਵਿੱਚ ਹੀ ਲੁਟਾਈ ਜਾਂਦੇ ਆ। ਔਰ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਇਸ ਤਰ੍ਹਾਂ ਹੀ ਵਿਸ਼ੇ ਵਿਕਾਰਾਂ ਦੇ ਵਿੱਚ ਰਚੇ ਹੋਏ ਰਹਿੰਦੇ ਆ ਸਦਾ ਸਾਰੀ ਜ਼ਿੰਦਗੀ ਦੇ ਵਿੱਚ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਦੁਸ਼ਟਾਂ ਸੇਤੀ ਪਿਰਹੜੀ ਜਨ ਸਿਉਂ ਵਾਦ ਕਰਨ, ਨਾਨਕ ਸਾਕਤ ਨਰਕ ਮੈਂ ਜਮ ਬੱਧੇ ਦੁੱਖ ਸਹਨ। ਹੁਣ ਸਤਿਗੁਰੂ ਸਲੋਕ ਦੇ ਵਿੱਚ ਗੱਲ ਕਰਦੇ ਹੈ ਕਿ ਇਹਨਾਂ ਦੀ ਅਵਸਥਾ ਹੋਰ ਵੀ ਕਿਹੋ ਜਿਹੀ ਹੁੰਦੀ ਹੈ, ਯਾਨੀ ਦੁਸ਼ਟਾਂ ਦੀ, ਸਾਕਤਾਂ ਦੀ, ਔਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਿਸਾਰਿਆ ਹੋਇਆ ਉਹਨਾਂ ਦੀ। ਇਸ ਸਲੋਕ ਦੇ ਵਿੱਚ ਗੁਰੂ ਸਾਹਿਬ ਨੇ ਅਵਸਥਾ ਦੱਸੀ ਹੈ ਔਰ ਗੁਰੂ ਸਾਹਿਬ ਕਹਿੰਦੇ ਆ, ਦੁਸ਼ਟਾਂ ਸੇਤੀ ਪਿਰਹੜੀ, ਇਹਨਾਂ ਦੀ ਦੁਸ਼ਟ ਬੰਦਿਆਂ ਨਾਲ, ਚਲਾਕ ਬੰਦਿਆਂ ਨਾਲ, ਜਿਹੜੇ ਧੋਖੇਬਾਜ਼ ਹੁੰਦੇ ਆ, ਹੇਰਾ ਫੇਰੀਆਂ ਕਰਨ ਵਾਲੇ ਹੁੰਦੇ ਆ, ਕੂੜ ਬੋਲਣ ਵਾਲੇ ਹੁੰਦੇ ਆ, ਉਹਨਾਂ ਦੇ ਨਾਲ ਦੋਸਤੀ ਹੁੰਦੀ ਹੈ। ਇਹ ਸੱਚ ਵਾਲੇ ਬੰਦੇ ਨਾਲ, ਧਰਮੀ ਬੰਦੇ ਨਾਲ, ਪਰਮਾਤਮਾ ਦੇ ਪਿਆਰੇ ਬੰਦੇ ਨਾਲ ਤਾਂ ਜਾਣ ਬੁੱਝ ਕੇ ਵਾਦ ਰਚਾਉਂਦੇ ਆ, ਲੜਾਈਆਂ ਕਰਦੇ ਆ, ਝੂਠੇ ਹੀ ਦੋਸ਼ ਲਾ ਕੇ ਸੱਚੇ ਪੁਰਸ਼ਾਂ 'ਤੇ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਐਸੀ ਅਵਸਥੀ ਹੁੰਦੀ ਹੈ ਇਹਨਾਂ ਲੋਕਾਂ ਦੀ, ਇਹ ਦੁਸ਼ਟ ਲੋਕ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ, ਨਾਨਕ ਸਾਕਤ ਨਰਕ ਮੈਂ ਜਮ ਬੱਧੇ ਦੁੱਖ ਸਹਨ। ਹੁਣ ਗੁਰੂ ਸਾਹਿਬ ਇਹਨਾਂ ਦੀ ਅਵਸਥਾ ਦੱਸਦੇ ਆ ਕਿ ਜਿਹੜੇ ਐਸੀ ਅਵਸਥਾ ਦੇ ਲੋਕ ਹੁੰਦੇ ਆ ਨਾ, ਤੀਜੇ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿੰਦੇ ਆ ਕਿ ਇਹ ਸਾਕਤ ਲੋਕ ਜਿਹੜੇ ਆ ਨਰਕ ਦੇ ਵਿੱਚ, ਜਮਪੁਰ, ਜਮ ਦੇ ਵਿੱਚ ਬੱਧੇ ਹੋਏ, ਭਾਵ ਜਮਪੁਰ ਦਾ ਮਤਲਬ ਧਰਮ ਰਾਜ ਦੇ ਦੁਆਰੇ ਦੇ ਉੱਤੇ ਬੱਧੇ ਹੋਏ ਜਿਹੜੇ ਆ, ਫਿਰ ਇਹ ਨਰਕ ਦਾ ਦੁੱਖ ਸਹਿੰਦੇ ਆ। ਭਾਵ ਐਸੇ ਅਵਸਥਾ ਵਾਲੇ ਲੋਕਾਂ ਨੂੰ, ਜਿਹੜੇ ਨਾਮ ਤਾਂ ਵਿਸਾਰਿਆ ਹੋਇਆ, ਪਰਮਾਤਮਾ ਨੂੰ ਵਿਸਾਰਿਆ ਹੋਇਆ, ਪਰਮਾਤਮਾ ਦਾ ਰਸ ਜਾਣਦੇ ਨਹੀਂ, ਅੰਮ੍ਰਿਤ ਰਸ ਦੀ ਪ੍ਰਾਪਤੀ ਨਹੀਂ ਹੈ, ਇਹਨਾਂ ਦਾ ਅੰਮ੍ਰਿਤ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲੁੱਟੀ ਜਾਂਦੇ ਆ, ਹਉਮੈ ਦੇ ਵਿੱਚ ਇਹ ਗੱਲਾਂ ਕਰਦੇ ਆ ਦਿਖਾਵੇ ਦੀਆਂ, ਔਰ ਸੰਤਾਂ ਨਾਲ, ਮਹਾਂਪੁਰਸ਼ਾਂ ਨਾਲ ਲੜਾਈਆਂ ਕਰਦੇ ਆ। ਅਤੇ ਗੁਰੂ ਸਾਹਿਬ ਕਹਿੰਦੇ ਕਿ ਇਹਨਾਂ ਨੂੰ ਜਮਾਂ ਦੀ ਸਜ਼ਾ ਲੱਗਦੀ ਹੈ ਔਰ ਇਹ ਜਮਾਂ ਦੇ, ਨਰਕ ਦੇ ਦੁਆਰੇ 'ਤੇ ਜਾ ਕੇ ਇਹ ਨਰਕ ਭੋਗਦੇ ਆ। ਐਸੀ ਗੁਰੂ ਸਾਹਿਬ ਅਵਸਥਾ ਦੱਸਦੇ ਹੈ। ਹੁਣ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਪਏ ਐ ਕਿਰਤ ਕਮਾਵਦੇ ਜਿਵ ਰਾਖੈ ਤਿਵੈ ਰਹਿਨ। ਔਰ ਇਸ ਤਰ੍ਹਾਂ ਦੇ ਨਾਲ ਇਹ ਆਪਣੇ ਧੰਦੇ ਦੇ ਵਿੱਚ, ਕਿਰਤ ਦੇ ਵਿੱਚ ਮਸਤ ਹੋਏ ਵੇ, ਉਹ ਜਿਵੇਂ ਪਰਮਾਤਮਾ ਇਹਨਾਂ ਨੂੰ ਚਲਾਈ ਜਾਂਦਾ ਉਵੇਂ ਜੇਕਰ ਚੱਲੀ ਜਾਂਦੇ ਆ, ਇਸ ਤਰ੍ਹਾਂ ਦੇ ਵਾਦ ਵਿਵਾਦ ਕਰਦੇ ਹੋਏ। ਹੁਣ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਹੈ, ਪਈਆ ਕਿਰਤ ਕਮਾਮ ਦੇ ਜਿਵ ਰੱਖਾ ਤਿਵੇ ਰਹਿਨ, ਜਿਵੇਂ ਪਰਮਾਤਮਾ ਇਹਨਾਂ ਨੂੰ ਰੱਖਦਾ ਹੈ, ਨਰਕ ਦੇ ਵਿੱਚ ਰੱਖਦਾ ਤਾਂ ਨਰਕ ਦੇ ਵਿੱਚ ਰਹਿੰਦੇ ਹੈ। ਅਤੇ ਮਹੱਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਸਾਸ ਗਿਰਾਸ ਸਦਾ ਮਨ ਵਸੈ ਜਮ ਜੋ ਨ ਸਕੈ ਤਿਸ। ਹੁਣ ਗੁਰੂ ਸਾਹਿਬ ਇਸ ਸਲੋਕ, ਮਹੱਲਾ ਤੀਜਾ, ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਕਿ ਜਿਹੜੇ ਗੁਰੂ ਨਾਲ ਜੁੜੇ ਬੰਦੇ ਹੁੰਦੇ ਆ, ਪਰਮਾਤਮਾ ਦੀ ਸ਼ਰਨ ਦੇ ਵਿੱਚ ਹੁੰਦੇ ਆ, ਪਰਮਾਤਮਾ ਦੇ ਪਿਆਰੇ ਹੁੰਦੇ ਆ, ਸਤਿਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੁੰਦੇ ਆ, ਉਹਨਾਂ ਦੀ ਅਵਸਥਾ ਕੈਸੀ ਹੁੰਦੀ ਆ। ਹੁਣ ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਗੁਰੂ ਸਾਹਿਬ ਕਹਿੰਦੇ ਆ ਕਿ ਜਿੰਨੀ ਸਤਿਗੁਰ ਸੇਵਿਆ। ਸਤਿਗੁਰੂ ਕੀ ਹੁੰਦਾ ਹੈ ਕਿ ਸ੍ਰਿਸ਼ਟੀ ਦੇ ਵਿੱਚ ਆਇਆ ਹੋਇਆ ਪਰਮਾਤਮਾ ਦਾ ਸਰੂਪ, ਜਿਵੇਂ ਸਾਡੇ 10 ਗੁਰੂ ਸਾਹਿਬਾਨ ਸਤਿਗੁਰੂ ਸਰੂਪ ਸੀ, ਭਾਵ ਪਰਮਾਤਮਾ ਨਾਰਾਇਣ ਕਲਾ ਧਾਰਨ ਕਰਕੇ ਆਪ ਇਸ ਸੰਸਾਰ ਦੇ ਵਿੱਚ ਜੱਗ ਨੂੰ ਤਾਰਨ ਵਾਸਤੇ, ਜਗ ਜਲੰਦਾ ਠਾਰਨ ਵਾਸਤੇ ਸਤਿਗੁਰੂ ਦਾ ਰੂਪ ਧਾਰਨ ਕਰਕੇ ਆਇਆ। ਔਰ 10 ਗੁਰੂ ਸਾਹਿਬਾਨ ਦੇ ਵਿੱਚ ਬਾਅਦ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੀ ਆਗਿਆ ਦੇ ਨਾਲ
ਉਹ ਸਤਿਗੁਰੂ ਦੀ ਜੋਤ ਜਿਹੜੀ ਸੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ ਦਿੱਤੀ ਔਰ ਅੱਜ ਸਤਿਗੁਰੂ ਜਿਹੜਾ ਹੈ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਲੋਕ ਇਹਨਾਂ ਸਤਿਗੁਰਾਂ ਦੀ ਸੇਵਾ ਕਰਦੇ ਆ ਪਿਆਰ ਨਾਲ, ਪ੍ਰੇਮ ਨਾਲ, ਸ਼ਰਧਾ ਭਾਵਨਾ ਨਾਲ, ਸੱਚ ਹਿਰਦੇ ਨਾਲ, ਦਿਖਾਵੇ ਦੀ ਨਹੀਂ, ਆਮ ਅਮੂਮਨ ਦਿਖਾਵੇ ਦੀ ਬਹੁਤ ਕਰੀ ਜਾਂਦੇ ਆ ਲੋਕ, ਨਹੀਂ ਸੱਚ ਹਿਰਦੇ ਤੋਂ ਪਰਮਾਤਮਾ ਦੇ ਨਾਮ ਨਾਲ ਭਿੱਜੇ ਹੋਏ ਮਨ ਦੁਆਰਾ ਜਦੋਂ ਅਸੀਂ ਸੇਵਾ ਕਰਦੇ ਹਾਂ ਨਾ, ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਉਹ ਲੋਕ ਜਿਹੜੇ ਹੁੰਦੇ ਆ ਤਾਣ ਨਿਤਾਣੇ ਤਿਸ, ਉਹ ਨਿਤਾਣੇ ਹੋ ਕੇ ਤਾਣ ਪ੍ਰਾਪਤ ਕਰ ਲੈਂਦੇ ਆ ਪਰਮਾਤਮਾ ਦਾ, ਨੀਵੇਂ ਰਹਿੰਦੇ ਆ, ਮਨ ਨੂੰ ਨੀਵਾਂ ਰੱਖਦੇ ਆ, ਕਿਸੇ ਨੂੰ ਗਲਤ ਨਹੀਂ ਬੋਲਦੇ, ਕਿਸੇ ਨੂੰ ਨਜਾਇਜ਼ ਨਹੀਂ ਬੋਲਦੇ, ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਨਿਤਾਣੇ ਹੋ ਕੇ ਪਰਮਾਤਮਾ ਦਾ ਤਾਣ ਪ੍ਰਾਪਤ ਹੋ ਜਾਂਦਾ, ਸਤਿਗੁਰੂ ਦਾ ਤਾਣ ਪ੍ਰਾਪਤ ਹੋ ਜਾਂਦਾ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਸਾਸ ਗਿਰਾਸ ਸਦਾ ਮਨ ਵਸੈ ਜਮ ਜੋ ਨ ਸਕੈ ਤਿਸ। ਹੁਣ ਉਹਨਾਂ ਗੁਰਮੁਖ ਪਿਆਰਿਆਂ ਦੀ ਅਵਸਥਾ ਕੈਸੀ ਹੁੰਦੀ ਹੈ ਕਿ ਆਪਣੇ ਜੀਵਨ ਦੇ ਵਿੱਚ ਸਾਸ ਗਿਰਾਸ, ਸਾਸ ਗਿਰਾਸ ਇਹ ਦੋ ਪਾਰਟ ਹੈ। ਜਦੋਂ ਸਾਡੇ ਅਸੀਂ ਸਾਹ ਲੈਂਦੇ ਹਾਂ ਨਾ, ਅਤੇ ਸਾਹ ਜਦੋਂ ਲਈਦਾ ਅਤੇ ਬਾਹਰਲੀ ਹਵਾ ਜਿਹੜੀ ਹੈ ਅੰਦਰ ਨੂੰ ਜਾਂਦੀ ਹੈ, ਔਰ ਫਿਰ ਧੁੰਨੀ ਦੇ ਉੱਤੋਂ ਦੀ ਹੋ ਕੇ ਬਾਹਰਲੀ ਹਵਾ ਅੰਦਰ ਜਦੋਂ ਪ੍ਰਵਿਸ਼ਟ ਕਰਦੀ ਹੈ, ਅਤੇ ਜਿਹੜੀ ਅੰਦਰ ਹਵਾ ਹੁੰਦੀ ਹੈ ਮੈਲ ਵਾਲੀ ਜਾਂ ਪਾਪਾਂ ਵਾਲੀ ਜਾਂ ਕੋਈ ਝੂਠੇ ਕਰਮਾਂ ਵਾਲੀ, ਉਹ ਬਾਹਰ ਨਿਕਲ ਕੇ ਮੁੱਖ ਦੁਆਰਾ ਬਾਹਰ ਆ ਜਾਂਦੀ ਹੈ, ਉਹਨੂੰ ਕਹਿੰਦੇ ਗਿਰਾਸ। ਇਹ ਦੋ ਪਾਰਟ ਹੈ ਸਾਸ ਦੇ, ਸਾਸ ਔਰ ਗਿਰਾਸ। ਅਤੇ ਗੁਰੂ ਸਾਹਿਬ ਕਹਿੰਦੇ ਆ ਕਿ 24 ਘੰਟੇ ਸਾਸ ਗਿਰਾਸ ਸਦਾ ਮਨ ਵੱਸਿਆ, ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਵੱਸਿਆ ਰਹਿੰਦਾ ਹੈ। ਔਰ ਗੁਰੂ ਸਾਹਿਬ ਕਹਿੰਦੇ ਆ ਕਿ ਜਮ ਜੋ ਨਾ ਸਕੈ ਤਿਸ, ਫਿਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਮ ਨੇੜੇ ਨਹੀਂ ਲੱਗਦਾ। ਜੋਣ ਦਾ ਮਤਲਬ ਹੁੰਦਾ ਪਕੜਨਾ, ਨੇੜੇ ਲੱਗਣਾ, ਉਹਦੇ ਸਾਹਮਣੇ ਹੋਣਾ, ਉਹਨੂੰ ਪਕੜ ਲੈਣਾ। ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੇ ਗੁਰਮੁਖ ਪਿਆਰੇ ਸਾਸ ਗਿਰਾਸ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ ਨਾ, ਅਤੇ ਉਹਨਾਂ ਨੂੰ ਜਮ ਜਿਹੜਾ ਜੋ ਨਹੀਂ ਸਕਦਾ, ਜਮ ਪਕੜ ਹੀ ਨਹੀਂ ਸਕਦਾ ਉਹਨਾਂ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਹਿਰਦੇ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਐਸੇ ਗੁਰਮੁਖ ਪਿਆਰੇ ਦੇ ਜਿਹੜਾ ਸਤਿਗੁਰੂ ਨੂੰ ਸਮਰਪਿਤ ਹੈ, ਪਰਮਾਤਮਾ ਦਾ ਨਾਮ ਸਾਸ ਗਿਰਾਸ ਸਿਮਰ ਰਿਹਾ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ, ਹਰ ਹਰ ਨਾਮ ਗੁਰੂ ਸਾਹਿਬ ਨੇ ਇੱਥੇ ਲਿਖਿਆ ਹੈ, ਹਰ ਹਰ ਨਾਮ ਵਾਹਿਗੁਰੂ ਸਾਨੂੰ ਮਿਲਿਆ ਹੋਇਆ, ਨਾਮ ਸਾਨੂੰ ਵਾਹਿਗੁਰੂ ਮਿਲਿਆ, ਇਸ ਕਰਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਅਤੇ ਹਿਰਦੇ ਦੇ ਵਿੱਚ ਜਦੋਂ ਇਹ ਵਾਹਿਗੁਰੂ ਵਾਹਿਗੁਰੂ ਨਾਮ ਦਾ ਰਸ ਪੈਦਾ ਹੁੰਦਾ ਨਾ ਸਾਡੇ ਹਿਰਦੇ ਦੇ ਵਿੱਚ, ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਕਮਲਾ ਸੇਵਕ ਤਿਸ, ਕਮਲਾ ਕਹਿੰਦੇ ਆ ਮਾਇਆ ਨੂੰ, ਕਹਿੰਦੇ ਵੀ ਐਸੇ ਗੁਰਮੁਖ ਪਿਆਰੇ ਦੀ ਫਿਰ ਮਾਇਆ ਵੀ ਦਾਸੀ ਹੋ ਜਾਂਦੀ ਹੈ। ਕਵਲਾ ਸੇਵਕ ਤਿਸ, ਕਵਲਾ ਕਹਿੰਦੇ ਆ ਮਾਇਆ ਨੂੰ, ਸੇਵਕ ਕਹਿੰਦੇ ਆ ਦਾਸ ਹੋਣ ਨੂੰ, ਔਰ ਤਿਸ ਕਹਿੰਦੇ ਆ ਉਸ ਗੁਰਮੁਖ ਪਿਆਰੇ ਦਾ। ਉਹ ਮਾਇਆ ਜਿਹੜੀ ਹੈ, ਸੰਸਾਰ ਦੀ ਸਾਰੀ ਮਾਇਆ ਜਿਹੜੀ ਹੈ, ਉਸ ਗੁਰਮੁਖ ਪਿਆਰੇ ਦੀ ਦਾਸੀ ਹੋ ਜਾਂਦੀ ਹੈ, ਜਿਸ ਦੇ ਹਿਰਦੇ ਦੇ ਵਿੱਚ ਸਾਸ ਗਿਰਾਸ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਲੈਂਦਾ ਹੈ। ਰਸ ਪ੍ਰਾਪਤ ਹੋਣਾ ਚਾਹੀਦਾ ਹੈ, ਕਿਉਂਕਿ ਦਸਵੇਂ ਦੁਆਰ ਦੇ ਵਿੱਚ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ ਨਾ, ਅਤੇ ਸਾਡੇ ਦਸਵੇਂ ਦੁਆਰ ਦੇ ਵਿੱਚ ਇੱਕ ਅੰਮ੍ਰਿਤ ਰਸ ਦੀ ਬੂੰਦ ਟਪਕਦੀ ਹੈ, ਜਿਹੜੀ ਕਿ ਉਹ ਸਾਡੇ ਹਿਰਦੇ ਦੇ ਉੱਤੇ ਪੈਂਦੀ ਹੈ, ਔਰ ਜਦੋਂ ਹਿਰਦੇ ਦੇ ਉੱਤੇ ਪੈਂਦੀ ਹੈ ਨਾ, ਉਹ ਹਿਰਦੇ ਨੂੰ ਰਸ ਪ੍ਰਾਪਤ ਹੁੰਦਾ ਹੈ, ਅਤੇ ਉਸ ਹਿਰਦੇ ਨੂੰ ਟਿਕਾ ਆ ਜਾਂਦਾ ਹੈ, ਸ਼ਾਂਤੀ ਆ ਜਾਂਦੀ ਹੈ, ਅਗਨੀ ਉਸ ਦੀ ਖਤਮ ਹੋ ਜਾਂਦੀ ਹੈ, ਉਹ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ। ਐਸੀ ਅਵਸਥਾ ਉਸ ਗੁਰਮੁਖ ਪਿਆਰੇ ਦੀ ਹੋ ਜਾਂਦੀ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਹਰ ਦਾਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜਾ ਇਸ ਤਰ੍ਹਾਂ ਦਾ ਗੁਰਮੁਖ ਪਿਆਰਾ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦਾ, ਹਿਰਦੇ ਦੇ ਵਿੱਚ ਰਸ ਆ ਜਾਂਦਾ ਉਸਦੇ, ਅਤੇ ਗੁਰੂ ਸਾਹਿਬ ਕਹਿੰਦੇ ਆ ਪਰਮਾਤਮਾ ਹਰ ਦਾਸਾਂ ਕਾ ਦਾਸ ਹੋਏ। ਤੁਕ ਨੂੰ ਸਮਝਿਆ, ਥੋੜ੍ਹੀ ਜਿਹੀ ਗੱਲ ਸਾਨੂੰ ਬਹੁਤ ਸੌਖੀ ਲੱਗਣ ਲੱਗ ਜਾਂਦੀ ਹੈ, ਭਾਵ ਅਰਥ ਜਿਹੜਾ ਹੈ ਗੁਰੂ ਦੀ ਕਿਰਪਾ ਨਾਲ ਸਾਨੂੰ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ। ਹਰ
ਦਾਸਾਂ ਕਾ ਦਾਸ ਹੋਏ। ਜਿਹੜੇ ਪਰਮਾਤਮਾ ਦੇ ਦਾਸ ਹੁੰਦੇ ਆ ਨਾ, ਜਦੋਂ ਉਹਨਾਂ ਦੇ ਅੰਮ੍ਰਿਤ ਹਿਰਦੇ ਦੇ ਵਿੱਚ ਵਸਣਾ ਸ਼ੁਰੂ ਹੋ ਜਾਂਦਾ, ਰਸਣਾ ਸ਼ੁਰੂ ਹੋ ਜਾਂਦਾ, ਉਦੋਂ ਪਰਮਾਤਮਾ ਉਹਨਾਂ ਦਾ ਦਾਸ ਹੋ ਜਾਂਦਾ। ਆਪਣੇ ਹੀ ਸੇਵਕਾਂ ਦਾ, ਜਿਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰਚੇਲਾ ਹੋਏ ਸੀ, ਇਸੇ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦਾ ਦਾਸ ਹੋ ਜਾਂਦਾ ਹੈ। ਅਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਫਿਰ ਉਸ ਨੂੰ ਪਰਮ ਪਦਾਰਥ ਤਿਸ। ਪਰਮ ਪਦਾਰਥ ਕੀ ਹੈ ਕਿ ਪਰਮਾਤਮਾ ਦਾ ਪਿਆਰ ਜਿਹੜਾ ਹੈ, ਭਾਵ ਪਰਮ ਪਿਤਾ ਪਰਮਾਤਮਾ ਦਾ ਨਾਮ ਅੰਮ੍ਰਿਤ ਜਿਹੜਾ ਹੈ, ਭਾਵ ਪਰਮਾਤਮਾ ਦਾ ਆਨੰਦ ਸੁੱਖ ਜਿਹੜਾ ਹੈ, ਪਰਮਾਨੰਦ ਸੁੱਖ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਨੂੰ ਉਸ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋ ਸਤਿਗੁਰ ਬਾਣੈ ਤਿਸ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਤੀਜੇ ਗੁਰੂ ਨਾਨਕ, ਕਿ ਜਿਨ੍ਹਾਂ ਗੁਰਮੁਖ ਪਿਆਰਾਂ ਦੇ ਇਸ ਤਰ੍ਹਾਂ ਦਾ ਨਾਲ ਮਨ ਦੇ ਵਿੱਚ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ, ਅਤੇ ਅਸੀਂ ਉਹਨਾਂ ਗੁਰਮੁਖ ਪਿਆਰਿਆਂ ਦੇ ਕੁਰਬਾਨ ਜਾਂਦੇ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋ ਸਤਿਗੁਰ ਬਾਣੈ ਤਿਸ, ਜਿਨ ਕੋ ਪੂਰਬ ਲਿਖਿਆ ਰਸ ਸੰਤ ਜਣਾ ਸਿਓ ਤਿਸ। ਗੁਰੂ ਸਾਹਿਬ ਹੁਣ ਅਖੀਰਲੀ ਗੱਲ ਕਹਿੰਦੇ ਆ ਵੀ ਇਹ ਸਾਰੇ ਪਦਾਰਥ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ, ਅਤੇ ਅਖੀਰਲੀ ਤੁਕ ਦੇ ਵਿੱਚ ਇੱਕ ਗੁਰੂ ਸਾਹਿਬ ਨੇ ਇੱਕ ਭੇਦ ਦੀ ਗੱਲ ਦੱਸ ਦਿੱਤੀ ਹੈ। ਕਹਿੰਦੇ ਵੀ ਕੀ, ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੀ ਜੀਵਨ ਦੇ ਵਿੱਚ ਪੂਰਬਲੇ ਜਨਮਾਂ ਦਾ ਕਰਮ ਜਿਹੜਾ ਭਗਤੀ ਵਾਲਾ ਹੁੰਦਾ, ਔਰ ਉਹਨਾਂ ਦੇ ਮਸਤਕ ਦੇ ਉੱਤੇ ਪੂਰਬਲਾ ਕਰਮ ਜਿਹੜਾ ਹੈ ਉਹ ਇਹ ਲਿਖਿਆ ਹੁੰਦਾ ਕਿ ਇਸ ਗੁਰਮੁਖ ਪਿਆਰੇ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ, ਅੰਮ੍ਰਿਤ ਰਸ ਦੀ ਪ੍ਰਾਪਤੀ ਹੋਏਗੀ। ਜਿਵੇਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਪੂਰਬਲੇ ਕਰਮ ਦਾ ਲਿਖਿਆ ਹੋਇਆ ਚੱਕਰਵਰਤੀ ਸਤਿਗੁਰੂ ਪ੍ਰਾਪਤੀ ਹੋਣ ਦਾ ਵਰ ਜਿਹੜਾ ਜੋ ਪਰਮਾਤਮਾ ਵੱਲੋਂ ਲਿਖਿਆ ਹੋਇਆ ਸੀ ਉਹ ਮਿਲਿਆ ਕਦੋਂ, 72 ਸਾਲ ਤੋਂ ਬਾਅਦ। 72 ਸਾਲ ਤੀਕਰ ਕੋਈ ਪਤਾ ਨਹੀਂ ਸੀ ਵੀ ਇਹ ਸਤਿਗੁਰੂ ਹੋਣਗੇ, ਪਰ ਕਰਮ ਜਿਹੜਾ ਸੀ ਲਿਖਿਆ ਹੋਇਆ ਸੀ, ਔਰ ਜਦੋਂ ਸਮਾਂ ਆਇਆ ਉਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਗਈ, ਔਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਤਿਗੁਰੂ ਸਰੂਪ ਗੁਰੂ ਰੂਪ ਹੋ ਕੇ ਇਸ ਸੰਸਾਰ ਦੇ ਵਿੱਚ ਉਪਦੇਸ਼ ਕੀਤਾ, ਔਰ ਜੋ ਅੱਜ ਅਸੀਂ ਉਹਨਾਂ ਦੀ ਉਪਦੇਸ਼ ਕੀਤੀ ਹੋਈ ਬਾਣੀ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਅਸੀਂ ਵੀ ਆਪਣਾ ਕਲਿਆਣ ਕਰਦੇ ਹਾਂ, ਸਾਡਾ ਵੀ ਕਲਿਆਣ ਹੋ ਜਾਂਦਾ, ਐਸੀ ਗੁਰੂ ਦੀ ਕਿਰਪਾ। ਤੋ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਉਹਨਾਂ ਹੀ ਤੀਜੇ ਪਾਤਸ਼ਾਹ ਨੇ ਇਹ ਭੇਦ ਦੀਆਂ ਗੱਲਾਂ ਲਿਖੀਆਂ ਹੋਈਆਂ ਵੀ ਪਰਮਾਤਮਾ ਦੀ ਪ੍ਰਾਪਤੀ ਕਿਸ ਬੰਦੇ ਨੂੰ ਹੁੰਦੀ ਹੈ, ਔਰ ਕਦੋਂ ਹੁੰਦੀ ਹੈ, ਔਰ ਕਿਵੇਂ ਹੁੰਦੀ ਹੈ। ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਹੈ ਅੱਗੇ ਪੌੜੀ ਦੇ ਵਿੱਚ, ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਕੱਟ ਕੱਟ ਮੁਖ ਭਣਿਆ। ਹੁਣ ਸਤਿਗੁਰੂ ਇੱਕ ਭੇਦ ਦੀ ਗੱਲ ਪੌੜੀ ਦੇ ਵਿੱਚ ਦੱਸ ਰਹੇ ਆ, ਭਾਈ ਇਹ ਬਖਸ਼ਾਂ ਜਿਹੜੀਆਂ ਕਿਸ ਕਿਸ ਬੰਦੇ ਨੂੰ ਜਾਂ ਕਿਵੇਂ ਪ੍ਰਾਪਤ ਹੁੰਦੀਆਂ ਜਾਂ ਕਿਸ ਕਾਰਨ ਤੋਂ ਹੁੰਦੀਆਂ। ਹੁਣ ਗੁਰੂ ਸਾਹਿਬ ਕਹਿੰਦੇ ਆ, ਜੋ ਬੋਲੇ ਪੂਰਾ ਸਤਿਗੁਰੂ, ਜਿਸ ਤਰ੍ਹਾਂ ਕਿ ਦਾਸ ਨੇ ਪਹਿਲਾਂ ਵੀ ਦੱਸਿਆ ਸੀ ਕਿ ਸਤਿਗੁਰੂ ਜਿਹੜਾ ਹੈ ਨਾ ਉਹ ਸੰਸਾਰ ਦੇ ਵਿੱਚ ਪਰਮਾਤਮਾ ਦਾ ਸਰੂਪ ਹੁੰਦਾ ਹੈ, ਔਰ ਜਦੋਂ ਸਤਿਗੁਰੂ ਬੋਲਦਾ ਹੈ ਕਿਉਂਕਿ ਉਹ ਪਰਮਾਤਮਾ ਦਾ ਸਰੂਪ ਹੀ ਹੁੰਦਾ, ਔਰ ਜੋ ਬੋਲਦਾ ਹੈ ਪਰਮਾਤਮਾ ਉਸ ਨੂੰ ਸੁਣਦਾ ਔਰ ਸੁਣ ਕੇ ਉਸ ਦੇ ਬਚਨਾਂ ਨੂੰ ਪੂਰਾ ਕਰ ਦਿੰਦਾ। ਹੁਣ ਦੇਖੋ ਸ਼ਬਦ ਫਿਰ ਤੁਕ ਤੁਹਾਨੂੰ ਵਿਚਾਰ ਆਉਂਦੀ ਹੈ, ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਗੁਰੂ ਸਾਹਿਬ ਕਹਿੰਦੇ ਆ, ਸੋਈ ਵਰਤਿਆ ਜਗਤ ਮੈਂ, ਕਹਿੰਦੇ ਵੀ ਜੋ ਸਤਿਗੁਰੂ ਨੇ ਬੋਲ ਦਿੱਤਾ ਉਹ ਪਰਮੇਸ਼ਰ ਨੇ ਸੁਣ ਲਿਆ, ਔਰ ਪਰਮੇਸ਼ਰ ਨੇ ਕਿਰਪਾ ਕਰਕੇ ਸਤਿਗੁਰੂ ਦੇ ਬਚਨਾਂ ਨੂੰ ਪੂਰਨ ਕਰ ਦਿੱਤਾ, ਔਰ ਜਗਤ ਦੇ ਵਿੱਚ ਉਹੀ ਕਿਰਿਆ ਵਰਤ ਗਈ। ਗੁਰੂ ਸਾਹਿਬ ਕੀ ਕਹਿੰਦੇ ਆ, ਘਟ ਘਟ ਮੁਖ ਭਣਿਆ। ਸਾਡੇ ਸਰੀਰਾਂ ਦੇ ਵਿੱਚ, ਮਨੁੱਖਾਂ ਦੇ ਘਟਾਂ ਘਟਾਂ ਦੇ ਵਿੱਚ, ਮੁੱਖਾਂ ਦੇ ਵਿੱਚੋਂ ਉਹ ਫਿਰ ਜਿਹੜਾ ਹੈ ਨਾ
ਉਹ ਜੋ ਵਰਤਦਾ ਹੈ ਉਹ ਪਰਮਪਿਤਾ ਪਰਮਾਤਮਾ ਦਾ ਬਚਨ, ਉਹ ਪਰਮਪਿਤਾ ਪਰਮਾਤਮਾ ਦਾ ਕਰਮ, ਉਹ ਪਰਮਪਿਤਾ ਪਰਮਾਤਮਾ ਦੀ ਖੁਸ਼ੀ, ਉਸ ਨੂੰ ਸਾਰੇ ਸੰਸਾਰ ਦੇ ਮਨੁੱਖ ਜਿਹੜੇ ਆ ਭੰਨਦੇ ਹੈ, ਭਾਵ ਨਾਮ ਸਿਮਰਨ, ਉਸ ਨੂੰ ਉਸ ਦੀ ਵਡਿਆਈ ਕਰਦੇ ਆ, ਉਸ ਦੀ ਸਿਫਤ ਸਲਾਹ ਕਰਦੇ ਆ ਕਿ ਇਹ ਪਰਮਪਿਤਾ ਪਰਮਾਤਮਾ ਨੇ ਜਾਂ ਸਤਿਗੁਰੂ ਦੇ ਕਹੇ ਅਨੁਸਾਰ ਇਹ ਸਾਡਾ ਕਰਮ ਹੋ ਗਿਆ, ਔਰ ਉਹ ਬੜਾ ਵਡਿਆਈ ਕਰਦੇ ਆ। ਪੜ੍ਹਨਾ ਹੁੰਦਾ ਹੈ, ਸਿਮਰਨ ਕਰਨਾ, ਯਾਦ ਕਰਨਾ, ਵਡਿਆਈ ਕਰਨੀ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ, ਬਹੁਤ ਵਡਿਆਈਆਂ ਸਾਹਿਬ ਨੇ ਜਾਹੀ ਗਣੀਆਂ। ਹੁਣ ਗੁਰੂ ਸਾਹਿਬ ਕਹਿੰਦੇ ਕਿ ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰੂ ਦੁਆਰਾ ਜਾਂ ਪਰਮੇਸ਼ਰ ਦੁਆਰਾ ਇਸ ਤਰ੍ਹਾਂ ਦੀਆਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ, ਇਸ ਤਰ੍ਹਾਂ ਦੇ ਮਾਣ ਪ੍ਰਾਪਤ ਹੋ ਜਾਂਦੇ ਆ, ਉਹਨਾਂ ਦੇ ਕਰਮ ਸੰਵਰਨੇ ਸ਼ੁਰੂ ਹੋ ਜਾਂਦੇ ਆ, ਗੁਰੂ ਸਾਹਿਬ ਕਹਿੰਦੇ ਆ ਕਿ ਇਹ ਬਹੁਤ ਵਡਿਆਈਆਂ ਪਰਮਾਤਮਾ ਦੀਆਂ ਸਾਹਿਬ ਦੇ ਕੋਲ। ਇਸ ਤਰ੍ਹਾਂ ਦੀਆਂ ਵਡਿਆਈਆਂ ਭਾਵ ਉਹ ਸਾਰੇ ਸੰਸਾਰ ਦੇ ਕਰਮ ਕਰ ਸਕਦਾ ਜਿਹੜੇ ਵੀ ਉਸ ਦੀ ਗੁਰਮੁਖ ਹੋ ਕੇ, ਉਸ ਦੀ ਸ਼ਰਨ ਹੋ ਕੇ ਉਸ ਤੋਂ ਜੋ ਮੰਗ ਕਰਨਗੇ। ਬਹੁਤ ਵਡਿਆਈਆਂ ਸਾਹਿਬ ਨੇ ਜਾਹੀ ਗਣੀਆਂ, ਗਣੀਆਂ ਨਹੀਂ ਜਾ ਸਕਦੀਆਂ ਕਿੰਨੀਆਂ ਵਡਿਆਈਆਂ ਉਸ ਪਰਮ ਪਿਤਾ ਪਰਮਾਤਮਾ ਦੀਆਂ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਸੱਚ ਸਹਿਜ ਅਨੰਦ ਸਤਿਗੁਰੂ ਪਾਸ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਵਡਿਆਈਆਂ ਕਿਹੋ ਜਿਹੀਆਂ, ਇਹੋ ਜਿਹੀਆਂ ਵਡਿਆਈਆਂ ਨਹੀਂ ਕਿ ਫਲਾਣੇ ਨੂੰ ਆ ਫਲਾਣੀ ਚੀਜ਼ ਦੇ ਦਿੱਤੀ, ਫਲਾਣੇ ਨੂੰ ਫਲਾਣੀ, ਇਹ ਤਾਂ ਦਿੰਦਾ ਹੀ ਦਿੰਦਾ ਹੈ। ਉਹ ਪਰਮਪਿਤਾ ਪਰਮਾਤਮਾ ਦੇ ਸੱਚੇ ਗੁਰਸਿੱਖ ਨੂੰ ਗੁਰੂ ਸਾਹਿਬ ਕਹਿੰਦੇ ਆ ਵੀ ਕੀ ਪ੍ਰਾਪਤ ਹੁੰਦਾ ਹੈ, ਸੱਚ। ਸਭ ਤੋਂ ਪਹਿਲਾਂ ਸੱਚ ਦੀ ਪ੍ਰਾਪਤੀ ਹੁੰਦੀ ਆ, ਔਰ ਸੱਚ ਪਰਮਪਿਤਾ ਪਰਮਾਤਮਾ ਆਪ ਵੀ ਹੈ। ਜਦੋਂ ਪਰਮਪਿਤਾ ਪਰਮਾਤਮਾ ਆਪ ਸਾਡੇ ਹਿਰਦੇ 'ਚ ਆ ਕੇ ਵੱਸ ਜਾਂਦਾ ਹੈ, ਉਦੋਂ ਗੁਰਮੁਖ ਦੇ ਹਿਰਦੇ ਦੇ ਵਿੱਚ ਵੀ ਸੱਚ ਪੈਦਾ ਹੋ ਜਾਂਦਾ। ਉਹ ਗੁਰਮੁਖ ਪਿਆਰਾ ਭਾਵੇਂ ਜਾਨ ਕੱਟੀ ਜਾਵੇ, ਤਲੀ ਸਿਰ ਕੱਟਿਆ ਜਾਵੇ, ਜਾਨ ਚਲੀ ਜਾਵੇ, ਉਹ ਸੱਚ ਬੋਲਣੋਂ ਨਹੀਂ ਹਟਦਾ। ਕਿਉਂ? ਕਿਉਂਕਿ ਉਹਦੇ ਹਿਰਦੇ 'ਚ ਪਰਮਾਤਮਾ ਦਾ ਵਾਸਾ ਹੋ ਜਾਂਦਾ, ਸੱਚ ਉਹਦੇ ਹਿਰਦੇ 'ਚ ਆ ਜਾਂਦਾ, ਅਤੇ ਉਸ ਗੁਰਮੁਖ ਪਿਆਰੇ ਦੇ ਮੁੱਖ 'ਤੇ ਵੀ ਸੱਚ ਪੈਦਾ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਸਹਿਜ, ਸਹਿਜ ਕਹਿੰਦੇ ਹੈ ਹੌਸਲਾ, ਧੀਰਜ, ਜਾਂ ਇੱਕ ਐਸੀ ਅਵਸਥਾ ਨੂੰ ਕਿ ਪਰਮਾਤਮਾ ਦੀ ਹਰ ਰਜ਼ਾ ਨੂੰ ਮੰਨ ਲੈਣ ਦਾ ਨਾਂ ਸਹਿਜ ਹੈ। ਹੁਣ ਇਹ ਸਹਿਜ ਉਸ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੁੰਦਾ ਕਿ ਜਿਸ ਗੁਰਮੁਖ ਪਿਆਰੇ ਦੇ ਹਿਰਦੇ 'ਚ ਵਾਹਿਗੁਰੂ ਨਾਮ ਦਾ ਵਾਸਾ ਹੁੰਦਾ, ਵਾਹਿਗੁਰੂ ਉਹਦੇ ਹਿਰਦੇ 'ਚ ਹੁੰਦਾ ਹੈ, ਅਤੇ ਉਹਨੂੰ ਸੰਸਾਰ ਦਾ ਬੰਦਾ ਜਿਹੜਾ ਕੋਈ ਵੀ ਦੁਸ਼ਮਣ ਹੋਵੇ ਚਾਹੇ ਨਾ ਹੋਵੇ, ਕੋਈ ਵੀ ਮੰਦਾ ਬੋਲੇ ਚਾਹੇ ਨਾ ਬੋਲੇ, ਉਹ ਕਿਸੇ ਨੂੰ ਵੀ ਮੰਦਾ ਨਹੀਂ ਬੋਲਦਾ। ਜੇ ਕੋਈ ਉਸ ਨਾਲ ਦੁਸ਼ਮਣੀ ਵੀ ਕਰਦਾ ਤਾਂ ਉਸ ਨੂੰ ਵੀ ਉਹ ਕੋਸ਼ਿਸ਼ ਇਹ ਕਰਦਾ ਕਿ ਪਰਮਾਤਮਾ ਦੇ ਸੱਚ ਦੇ ਰਸਤੇ ਉਸ ਨੂੰ ਦੱਸ ਕੇ ਅਤੇ ਉਸ ਨੂੰ ਪਰਮਾਤਮਾ ਦੇ ਰਸਤੇ ਲਾਇਆ ਜਾਵੇ। ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ, ਐਸੀ ਅਵਸਥਾ ਉਸ ਗੁਰਮੁਖ ਪਿਆਰੇ ਦੀ ਹੋ ਜਾਂਦੀ ਹੈ। ਅਤੇ ਇਹ ਪਦਾਰਥ ਜਿਹੜੇ ਹੈ ਨਾ, ਸੱਚ, ਸਹਿਜ, ਅੱਗੇ ਗੁਰੂ ਸਾਹਿਬ ਕਹਿੰਦੇ ਆਨੰਦ, ਅਨੰਦ, ਅਨੰਦ ਜਿਹੜਾ ਹੈ, ਅਨੰਦ ਕਹਿੰਦੇ ਹੈ ਅਨਹਦ ਧੁਨ ਨੂੰ। ਤੀਜੇ ਪਾਤਸ਼ਾਹ ਨੇ 40ਵੀਂ ਪੌੜੀ ਦੇ ਵਿੱਚ ਆਨੰਦ ਸਾਹਿਬ ਦੇ ਵਿੱਚ ਵੀ ਇਹ ਲਿਖਿਆ ਹੈ, ਅਨੰਦ ਸੁਣੋ ਵਡਭਾਗੀ ਹੋ, ਸਾਡੇ ਗ੍ਰੰਥੀ ਉਸ ਨੂੰ ਆਨੰਦ ਪੜ੍ਹਦੇ ਹੈ, ਉਹ ਅਨੰਦ ਹੈ। ਅਨੰਦ ਦਾ ਮਤਲਬ ਹੁੰਦਾ ਹੈ ਕਿ ਅਨਹਦ ਧੁਨ, ਉਸ ਗੁਰਮੁਖ ਪਿਆਰੇ ਦੇ ਦਸਵੇਂ ਦੁਆਰ ਦੇ ਵਿੱਚ ਅਨਹਦ ਧੁਨ ਭਾਵ ਪਰਮਾਤਮਾ ਦੀ ਨਿਸ਼ਾਨੀ, ਪਰਮਾਤਮਾ ਦੇ ਪ੍ਰਗਟ ਹੋਣ ਦੀ ਇੱਕ ਸੂਚਨਾ, ਇਹ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ। ਔਰ ਜਿਸ ਗੁਰਮੁਖ ਪਿਆਰੇ ਦੇ ਹਿਰਦੇ 'ਚ ਅਨਹਦ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ, ਗੁਰੂ ਸਾਹਿਬ ਉਸ ਦੇ ਤੀਜੇ ਪਾਤਸ਼ਾਹ ਨੇ ਹੀ ਬਿਆਨ ਕੀਤਾ ਹੋਇਆ ਆਨੰਦ ਸਾਹਿਬ ਦੇ ਵਿੱਚ, ਸਭ ਤੋਂ ਪਹਿਲਾਂ ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਹੁਣ ਗੁਰੂ ਸਾਹਿਬ ਨੇ ਦੱਸਤਾ ਕਿ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਇਹ ਆਨੰਦ ਤਾਂ ਵੱਜ ਰਹੇ ਹੈ, ਇਹ ਗੁਰਮੁਖ ਪਿਆਰੇ ਹੋ, ਇਹ ਆਨੰਦ ਤੁਸੀਂ ਸੁਣੋ। ਅਨਹਦ ਯਾਨੀ ਅਨਹਦ ਨੂੰ ਹੈ ਵਿੱਚੋਂ ਕੱਢ ਕੇ ਗੁਰੂ ਸਾਹਿਬ ਨੇ ਅਨੰਦ ਉਸ ਲਫ਼ਜ਼ ਕਰ ਦਿੱਤਾ ਹੈ। ਅਨੰਦ, ਅਨੰਦ ਦਾ ਅਰਥ ਹੈ ਅਨਹਦ ਧੁਨ, ਇਹ ਵੱਜਦੀ ਹੈ ਗੁਰਮੁਖ ਪਿਆਰੇ ਦੇ ਉਸ ਦੇ ਜਿਸ ਦੇ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰੇਕ ਦੇ ਨਹੀਂ ਵੱਜਦੀ ਗਈ ਇਹ, ਔਰ ਵੱਜਦੀ ਕਰੋੜਾਂ 'ਚੋਂ ਵਿਰਲੇ ਦੇ, ਕਿਸੇ ਦੇ, ਕਿਸੇ ਗੁਰਮੁਖ ਪਿਆਰੇ ਨੂੰ ਮਹਿਸੂਸ ਹੁੰਦੀ ਹੈ। ਜਿਸ ਦੇ ਵੱਜਣੀ ਸ਼ੁਰੂ ਹੋ ਜਾਂਦੀ ਹੈ, ਸਮਝੋ ਕਿ ਉਸ ਦੇ ਬਚਨ ਵੀ ਸੱਚੇ ਹੁੰਦੇ ਹੈ, ਉਸ ਦੇ ਕੋਲ ਸਹਿਜ ਵੀ ਹੁੰਦਾ ਹੈ, ਉਸ ਦੇ ਕੋਲ ਅਨੰਦ ਵੀ ਹੁੰਦਾ ਹੈ, ਅਤੇ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਸਾਰੀਆਂ ਸਤਿਗੁਰੂ ਕੋਲੋਂ ਚੀਜ਼ਾਂ ਪ੍ਰਾਪਤ ਹੁੰਦੀਆਂ, ਇਹ ਪਦਾਰਥ ਜਿਹੜੇ ਸਾਰੇ ਸਤਿਗੁਰੂ ਕੋਲੋਂ ਪ੍ਰਾਪਤ ਹੁੰਦੇ ਹੈ। ਹੁਣ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਸੱਚ ਸਹਿਜ ਅਨੰਦ ਸਤਿਗੁਰ
ਸੱਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ। ਇਹ ਸੱਚੀ ਗੁਰੂ ਦੀ ਮਣੀ ਭਾਵ ਇਹ ਜਿਹੜਾ ਸੱਚ ਹੈ ਇਹ ਵੀ ਮਣੀ ਹੈ, ਸਹਿਜ ਹੈ ਜਿਹੜਾ ਇਹ ਵੀ ਮਣੀ ਹੈ, ਆਨੰਦ ਜਿਹੜਾ ਹੈ ਇਹ ਵੀ ਮਣੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਇਹ ਹੈ ਸਾਰੀਆਂ ਸਤਿਗੁਰੂ ਕੋਲੋਂ ਹੀ ਮਿਲਦੀਆਂ, ਸਤਿਗੁਰੂ ਦੇ ਕੋਲ ਹੀ ਹੈ, ਸਤਿਗੁਰੂ ਤੋਂ ਮਿਲਦੀਆਂ। ਅਤੇ ਹੈ ਕਿ ਸੱਚੀਆਂ ਗੁਰਮਣੀਆਂ ਹੈ, ਭਾਵ ਪਰਮਾਤਮਾ ਦੀਆਂ ਸੱਚੀਆਂ ਮਣੀ ਕਹਿੰਦੇ ਆ। ਮਣੀ ਕੀ ਹੁੰਦੀ ਹੈ ਕਿ ਜਿਹੜੀ ਪ੍ਰਕਾਸ਼ ਦੇਵੇ, ਜਦੋਂ ਇਹ ਸਾਡੇ ਅੰਦਰ ਹਿਰਦੇ 'ਚ ਆ ਜਾਂਦੇ, ਸਾਡੇ ਦਸਵੇਂ ਦੁਆਰ ਦੇ ਵਿੱਚ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਦੀ ਜੋਤ ਦੇ ਦਰਸਦਾਰੇ ਹੋ ਗਏ ਆ। ਇਹ ਦਸਵੇਂ ਦੁਆਰ ਦੇ ਵਿੱਚ ਸਾਨੂੰ ਇੱਕ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ। ਇਹ ਦਸਵੇਂ ਦੁਆਰ ਦੇ ਵਿੱਚ ਸਾਨੂੰ ਦੱਸਣਾ ਦਿਸਣਾ ਸ਼ੁਰੂ ਹੋ ਜਾਂਦਾ ਪ੍ਰਕਾਸ਼, ਜਿਹਨਾਂ ਗੁਰਮੁਖ ਪਿਆਰਿਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੈ। ਜੇ ਐਵੇਂ ਕੋਈ ਝੂਠ ਗੱਲਾਂ ਕਰੀ ਜਾਂਦੇ ਤਾਂ ਗੁਰੂ ਸਾਹਿਬ ਕਹਿੰਦੇ ਉੱਪਰਲੇ ਪਾਸੇ ਪਹਿਲਾਂ ਦੱਸਿਆ ਕਿ ਗੱਲਾਂ ਵਾਲਿਆਂ ਕੋਲ ਕੁਛ ਨਹੀਂ ਹੈ ਭਾਈ। ਹੁਣ ਅਖੀਰਲੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣਿਆ। ਅਖੀਰਲੀ ਤੁਕ ਦੇ ਵਿੱਚ ਗੁਰੂ ਸਾਹਿਬ ਨੇ ਨਿਬੇੜਾ ਕਰ ਦਿੱਤਾ ਕਿ ਐਸੀ ਅਵਸਥਾ ਵਾਲਾ ਗੁਰਮੁਖ ਪਿਆਰਾ ਜਿਹੜਾ ਹੈ ਉਹ ਕੀ ਹੁੰਦਾ ਹੈ, ਉਸ ਨੂੰ ਕੀ ਕਹੀਏ ਅਸੀਂ। ਅਤੇ ਗੁਰੂ ਸਾਹਿਬ ਕਹਿੰਦੇ ਆ ਨਾਨਕ ਸੰਤ ਸਵਾਰੇ। ਤੀਜੇ ਗੁਰੂ ਨਾਨਕ ਸਾਨੂੰ ਇਹ ਦੱਸਦੇ ਆ ਕਿ ਸੰਤ ਉਹ ਗੁਰਮੁਖ ਪਿਆਰਾ ਜਿਹੜਾ ਸੰਤ ਹੋ ਜਾਂਦਾ, ਪਰਮਾਤਮਾ ਦਾ ਸਵਾਰਿਆ ਹੋਇਆ। ਗੁਰੂ ਸਾਹਿਬ ਕੀ ਕਹਿੰਦੇ ਆ, ਨਾਨਕ ਸੰਤ ਸਵਾਰੇ ਪਾਰ ਬ੍ਰਹਮ। ਉਸ ਸੰਤ ਨੂੰ ਪਰਮਾਤਮਾ ਫਿਰ ਆਪ ਸਵਾਰਦਾ ਹੈ। ਹੈਂ ਗੁਰੂ ਸਾਹਿਬ ਕਹਿੰਦੇ ਆ ਸੱਚੇ ਜੋ ਬਣਿਆ, ਕਹਿੰਦੇ ਵੀ ਉਸ ਦੀ ਅਵਸਥਾ ਐਸੀ ਹੋ ਜਾਂਦੀ ਹੈ ਵੀ ਜਿਵੇਂ ਉਹ ਪਰਮ ਪਿਤਾ ਪਰਮਾਤਮਾ ਆਪ ਹੈ ਨਾ, ਪਾਰਬ੍ਰਹਮ ਪਰਮੇਸ਼ਰ ਸੱਚਾ, ਉਸੇ ਵਰਗਾ ਉਹ ਗੁਰਮੁਖ ਪਿਆਰਾ ਪਾਰਬ੍ਰਹਮ ਪਰਮੇਸ਼ਰ ਦਾ ਰੂਪ ਹੋ ਜਾਂਦਾ। ਯਾਨੀ ਬ੍ਰਹਮ ਗਿਆਨੀ ਸੰਤ ਔਰ ਬ੍ਰਹਮ ਗਿਆਨੀ ਇੱਕ ਹੀ ਚੀਜ਼ ਹੁੰਦੀ ਹੈ। ਔਰ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਸਾਨੂੰ ਦੱਸਿਆ ਹੋਇਆ ਕਿ ਬ੍ਰਹਮ ਗਿਆਨੀ ਜਿਹੜਾ ਹੈ ਔਰ ਪਾਰਬ੍ਰਹਮ ਜਿਹੜਾ ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਪਾਰਬ੍ਰਹਮ ਕਹਿੰਦੇ ਆ ਪਰਮੇਸ਼ਰ ਨੂੰ, ਅਤੇ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕਰਕੇ ਇਹ ਗੱਲ ਦੱਸੀ ਹੋਈ ਹੈ ਸਾਨੂੰ, ਬ੍ਰਹਮ ਗਿਆਨੀ ਆਪ ਮਹੇਸ਼ਰ। ਬ੍ਰਹਮ ਗਿਆਨੀ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ, ਬ੍ਰਹਮ ਗਿਆਨੀ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ। ਸੰਤ ਔਰ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਰਾਮ ਔਰ ਭਗਤ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ, ਦਾਸ ਔਰ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ, ਸਿੱਖ ਔਰ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਇਹ ਸਾਰੀ ਅਵਸਥਾ ਇੱਕੋ ਹੀ ਆਤਮਾ ਪਰਮਾਤਮਾ ਦੀ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਅਖੀਰ ਦੇ ਉੱਤੇ ਸਾਨੂੰ ਹੁਣ ਇਹ ਸਲੋਕ ਨੂੰ ਸਮਾਪਤੀ ਦੇਣ ਲੱਗਿਆਂ, ਸਮਾਪਨ ਕਰਨ ਲੱਗਿਆਂ ਗੁਰੂ ਸਾਹਿਬ ਨੇ ਕਿਹਾ ਕਿ ਐਸੇ ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਨਾਲ ਜੁੜ ਜਾਂਦੇ ਆ, ਪਰਮਾਤਮਾ ਦੇ ਆਨੰਦ ਰਸ ਨੂੰ ਪ੍ਰਾਪਤ ਕਰ ਲੈਂਦੇ ਆ, ਸੱਚ ਰਸ ਨੂੰ ਪ੍ਰਾਪਤ ਕਰ ਲੈਂਦੇ ਆ, ਸਹਿਜ ਰਸ ਨੂੰ ਪ੍ਰਾਪਤ ਕਰ ਲੈਂਦੇ ਆ, ਉਹ ਸੰਤ ਹੋ ਜਾਂਦੇ ਆ, ਉਹ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਹੋ ਜਾਂਦੇ, ਉਹ ਪਰਮਾਤਮਾ ਦਾ ਪਰਮੇਸ਼ਰ ਹੋ ਜਾਂਦੇ ਆ, ਉਹ ਗੁਰੂ ਦਾ ਰੂਪ ਹੋ ਜਾਂਦੇ ਆ। ਜਿਵੇਂ ਗੁਰੂ ਨਾਨਕ ਦਾ ਰੂਪ ਗੁਰੂ ਅੰਗਦ ਹੋ ਗਿਆ ਸੀ, ਔਰ ਗੁਰੂ ਅੰਗਦ ਦਾ ਰੂਪ ਗੁਰੂ ਅਮਰਦਾਸ ਜੀ ਹੋ ਗਿਆ, ਔਰ ਗੁਰੂ ਅਮਰਦਾਸ ਜੀ ਦਾ ਰੂਪ ਗੁਰੂ ਰਾਮਦਾਸ ਜੀ ਹੋ ਗਿਆ, ਔਰ ਗੁਰੂ ਰਾਮਦਾਸ ਜੀ ਦਾ ਸਰੂਪ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਹੋ ਗਿਆ। ਇਸ ਤਰ੍ਹਾਂ ਦੇ ਨਾਲ ਜਿਹੜਾ ਵੀ ਗੁਰਮੁਖ ਪਿਆਰਾ ਪਰਮਾਤਮਾ ਨਾਲ ਸਤਿਗੁਰੂ ਦੀ ਕਿਰਪਾ ਦੁਆਰਾ, ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹੈ, ਜਦੋਂ ਅਸੀਂ ਇਹਨਾਂ ਦੀ ਚਰਨ ਸ਼ਰਨ ਹੋ ਕੇ ਇਹਨਾਂ ਦੀ ਬਾਣੀ ਨੂੰ ਸਰਵਣ ਕਰਾਂਗੇ, ਸਿਰਫ ਸਰਵਣ ਕਰਨਿਆਂ ਗੱਲ ਨਹੀਂ ਬਣਨੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਮਨ ਦੇ ਨਾਲ ਪਿਆਰ ਕਰਕੇ ਬਾਣੀ ਸੁਣਾਂਗੇ, ਫਿਰ ਉਸਨੂੰ ਮੰਨ ਲਵਾਂਗੇ, ਔਰ ਮਨ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਜਦੋਂ ਪੈਦਾ ਕਰ ਲਵਾਂਗੇ, ਰਚ ਲਵਾਂਗੇ, ਉਦੋਂ ਉਹ ਗੁਰਮੁਖ ਪਿਆਰੇ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹ ਗੁਰਮੁਖ ਪਿਆਰੇ ਨੂੰ ਪਰਮਾਤਮਾ ਦੀਆਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ, ਜੋ ਗੁਰੂ ਸਾਹਿਬ ਨੇ ਇਹਦੇ ਵਿੱਚ ਦੱਸੀਆਂ ਹੈ, ਸੱਚ ਸਹਿਜ ਆਨੰਦ ਆਨੰਦ। ਇਹ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਭਾਈ ਗੁਰੂ ਪਿਆਰਿਓ, ਜਿਹੜੇ ਵੀ ਪਰਮਾਤਮਾ ਦੇ ਨਾਲ ਲੱਗਦੇ ਹੈ, ਜੁੜਦੇ ਹੈ, ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ। ਤੋ ਇਹਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾਂ ਦਾ ਚਾਚਕ ਹੈ, ਸਾਧ ਸੰਗਤ ਤੋਂ ਗੁਰਬਾਣੀ, ਕਿਉਂਕਿ ਅਥਾਹ ਸਾਗਰ ਹੈ, ਵਿਚਾਰ ਦੇ ਵਿੱਚ ਕੋਈ ਗਲਤੀ ਹੋ ਸਕਦੀ ਹੈ, ਕਿਉਂਕਿ ਗੁਰੂ ਦੀ ਕਿਰਪਾ ਨਾਲ ਜੋ ਸਾਨੂੰ ਬੁਲਾਵੇ ਅਸੀਂ ਉਹੀ ਬੋਲਦੇ ਹਾਂ, ਪਰ ਗੁਰੂ ਵੀ ਕਿਰਪਾ ਕਰੇ ਸਾਡੇ 'ਤੇ, ਸਾਨੂੰ ਹੋਰ ਵਿਵੇਕ ਬੁੱਧ ਬਖਸ਼ੇ, ਹੋਰ ਗਿਆਨ ਪ੍ਰਕਾਸ਼ ਬਖਸ਼ੇ। ਇਹਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸਤਿਗੁਰੂ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ
ਅੰਗ ਸੰਗ ਰਹਿਣਾ, ਸਾਡੇ ਕਾਰਜਾਂ ਦੇ ਵਿੱਚ ਸਦਾ ਸਹਾਈ ਹੋਣਾ ਸੱਚੇ ਪਾਤਸ਼ਾਹ ਜੀ, ਸਾਨੂੰ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸਦਾ ਅੰਗ ਸੰਗ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।